ਪੰਜਾਬੀ ਦੇ ਮੰਨੇ ਪਰਮਨੇ ਕਵੀ ਤੇ ਲੇਖਕ ਸੁਜੀਤ ਪਾਤਰ ਦਾ ਅੱਜ ਦੇਹਾਂਤ ਹੋ ਗਿਆ ਹੈ ਪਦਮਸ਼੍ਰੀ ਨਾਲ ਸਨਮਾਨਿਤ 79 ਵਰਿਆਂ ਦੇ ਸੁਰਜੀਤ ਪਾਤਰ ਨੇ ਅੱਜ ਸਵੇਰੇ ਲੁਧਿਆਣਾ ਦੀ ਬੜੀਵਾਲ ਕਲੋਨੀ ਨੇੜੇ ਸਥਿਤ ਆਪਣੀ ਰਿਹਾਇਸ਼ ਤੇ ਆਖਰੀ ਸਾਹ ਲਿਆ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਨੁਸਾਰ ਉਨ੍ਹਾਂ ਦਾ ਦੇਹਾਂਤ ਅਚਨਚੇਤੀ ਦਿਲ ਦਾ ਦੌਰਾ ਕਾਰਨ ਹੋਈ ਹੈ ਡਾ. ਪਾਤਰ ਨੂੰ ਸਾਲ 2012 ਚ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਜਲੰਧਰ ਦੇ ਪਿੰਡ ਪਾਤਰ ਕਲਾ ਵਿੱਚ ਪਹੁੰਦੇ ਹੋਏ ਡਾ. ਪਾਤਰ ਆਪਣੇ ਪਿੱਛੇ ਧਰਮ ਪਤਨੀ ਭੁਪੇਂਦਰ ਕੌਰ ਪਾਤਰ ਅਤੇ ਦੋ ਲੜਕੀਆਂ ਮਨਰਾਜ ਪਾਤਰ ਤੇ ਅੰਕੁਰ ਪਾਤਰ ਨੂੰ ਛੱਡ ਗਏ। ਡਾ. ਪਾਤਰ ਦਿਆਂ ਕਾਵੀ ਪੁਸਤਕਾਂ 'ਚ ਹਵਾ ਵਿੱਚ ਲਿਖੇ ਹਰਫ ਹਨੇਰੇ ਵਿੱਚ ਸੁਲਗਦੀ ਵਰਣਮਾਲਾ, ਪਤ ਜੜ ਦੀ ਪੰਜਾਬ, ਲਫ਼ਜ਼ਾਂ ਦੀ ਦਰਗਾਹ ਅਤੇ ਸਰ ਜ਼ਮੀਨ ਸ਼ਾਮਿਲ ਨੇ।